ਜੇ ਇੱਕ ਵਿਅਕਤੀ ਇੱਥੇ ਵੈਲ ਸੈਟਲ ਹੈ ਤਾਂ ਉਹ ਕਿਉਂ ਸੋਚੇਗਾ ਕਿ ਮੈਂ ਬਾਹਰ ਜਾ ਕੇ ਵੀ ਪੈਸੇ ਕਮਾਵਾਂ ਉਹ ਤਾਂ ਇੱਥੇ ਚੰਗੇ ਪੈਸੇ ਕਮਾਉਂਦਾ। ਕੱਲਾ ਪੈਸਾ ਸਭ ਕੁਝ ਨਹੀਂ ਹੈ। ਤੁਹਾਨੂੰ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਏਜੰਟਸ ਨੇ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਠੱਗ ਕੈਟੇਗੋਰੀਜ਼ਮ। ਇੱਥੇ ਸਭ ਕੁਝ ਹੈਗਾ। ਮੈਂ ਇੱਥੇ ਬਿਜ਼ਨਸਮੈਨ ਹਾਂ। ਮੈਂ ਆਸਟ੍ਰੇਲੀਆ ਆਉਣਾ ਚਾਹੁੰਦਾ ਬਟ ਮੈਂ ਆ ਕੇ ਟੈਕਸੀ ਨਹੀਂ ਚਲਾਵਾਂਗਾ। ਸੋਸ਼ਲ ਮੀਡੀਆ ਤੇ ਕਹਿੰਦੇ ਨੇ ਕਿ ਪੰਜਾਬੀ ਜਦੋਂ ਵਿਦੇਸ਼ ਦੀ ਧਰਤੀ ਜਾਂਦੇ ਨੇ ਤਾਂ ਉਹ ਤੇ ਗੰਦ ਪਾਉਂਦੇ ਨੇ। ਇਫ ਦੇ ਵਰ ਡੂਇੰਗ ਸੋ why are they so successful ਲੋਕ ਆਪਣੀ ਜ਼ਮੀਨ ਗੈਰੇ ਧਰ ਦਿੰਦੇ ਨੇ ਬੱਚੇ ਨੂੰ ਬਾਹਰ ਭੇਜਣ ਦੇ ਖਾਤਰ ਲੋਕਾਂ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ ਪਰਿਵਾਰ ਰੋਟੀ ਤੋਂ ਵੀ ਔਖੇ ਹੋ ਜਾਂਦੇ ਨੇ ਤਾਂ ਕਿ ਬੱਚਾ ਵਿਦੇਸ਼ ਪਹੁੰਚੇ ਉਹ ਪੈਸਾ ਕਮਾਓ ਜਿਹੜਾ ਬੰਦਾ ਤੁਹਾਨੂੰ ਪੈਸਾ ਖੁਸ਼ੀ ਨਾਲ ਦੇ ਕੇ ਜਾਏ ਜਿਉਂ ਪੈਸਾ ਤੁਹਾਡੇ ਘਰ ਚ ਦੁੱਖ ਦੇ ਨਾਲ ਆਂਦਾ ਤਾਂ ਉਹ ਪੈਸਾ ਤੁਹਾਡੇ ਕੋਲ ਕਦੇ ਨਹੀਂ ਰਹੇਗਾ ਕਦੀ ਅੱਦਾ ਵੀ ਹੋਇਆ ਕਿ ਇੱਕ ਬੰਦਾ ਜਿਹਦਾ ਜਿਹਦਾ ਆਇਲ ਇੰਸਟੀਚੂਟ ਹੈ ਇੱਕ ਬੜੇ ਅੱਛੇ ਬੈਕਗ੍ਰਾਉਂਡ ਤੋਂ ਹੈ ਉਹ ਕਹਿੰਦਾ ਹੋਏ ਕਿ ਮੈਂ <laughs> the answer is yes. We do not do any student visa, any partner visa, any spouse visa, nothing else. Only one and only one business migration to Australia. And I would like to say we are the best at it. ਦਰਸ਼ਕਾ ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾ ਦਾ ਮੈਂ 소ਮਨ ਜੇਟਲੀ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਇਸ ਵੇਲੇ ਕੀ ਮਾਹੌਲ ਚੱਲ ਰਿਹਾ ਹੈ ਅਸੀਂ ਸਭ ਜਾਣਦੇ ਹਾਂ ਕਿ ਹਰ ਵਿਅਕਤੀ ਸਕੂਲਿੰਗ ਤੋਂ ਬਾਅਦ ਇਹ ਚਾਹੁੰਦਾ ਹੈ ਕਿ ਅੱਗੇ ਦੀ ਪੜ੍ਹਾਈ ਲਈ ਜਾਂ ਫਿਰ ਅੱਗੇ ਸੈਟਲ ਹੋਣ ਦੇ ਲਈ ਵਿਦੇਸ਼ ਦੀ ਧਰਤੀ ਤੇ ਜਾਇਆ ਜਾਏ ਇਸ ਚੱਕਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਆਰਥਿਕ ਲੁੱਟ ਹੋ ਰਹੀ ਹੈ ਆਰਥਿਕ ਲੁੱਟ ਦਾ ਸ਼ਿਕਾਰ ਹੋ ਰਹੇ ਨੇ ਲੋਕ ਉਸ ਦੇ ਪਿੱਛੇ ਕਾਰਨ ਨੇ ਕੁਝ ਅਜੇਹੇ ਇਮੀਗ੍ਰੇਸ਼ਨ ਕੰਸਲਟੈਂਟਸ ਜਾਂ ਉਸ ਦੇ ਪਿੱਛੇ ਕਾਰਨ ਅਸੀਂ ਆਪ ਵੀ ਆ ਕਿਉਂਕਿ ਅਸੀਂ ਚੰਗੀ ਤਰ੍ਹਾਂ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਕਿ ਠੱਗ ਕੌਣ ਹੈ ਤੇ ਜੈਨੂਇਨ ਕੌਣ ਹੈ ਪਰ ਇਸ ਚੱਕਰ ਦੇ ਵਿੱਚ ਜਦੋਂ ਲੋਕਾਂ ਨੂੰ ਆਰਥਿਕ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਜਦੋਂ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਰਾਹ ਨਹੀਂ ਲੱਭਦਾ ਕਿ ਸਹੀ ਰਾਹ ਕੀ ਹੈ ਕਿਸ ਤਰ੍ਹਾਂ ਵਿਦੇਸ਼ ਦੀ ਧਰਤੀ ਤੇ ਜਾਇਆ ਜਾਏ ਤਾਂ ਸ਼ਾਰਟਕੱਟਸ ਲੋਕ ਅਪਣਾਏ અપੜਾਉਂਦੇ ਨੇ ਸ਼ਾਰਟਕੱਟਸ ਕਿਵੇਂ ਅਪਣਾਏ ਜਾਂਦੇ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਲਈ ਸ਼ਾਰਟਕੱਟਸ ਕਿਸ ਤਰ੍ਹਾਂ ਦੇ ਅਪਣਾਏ ਜਾਂਦੇ ਨੇ ਇਹ ਵੀ ਅਸੀਂ ਸਾਰੇ ਜਾਣਦੇ ਹਾਂ ਬਹੁਤ سارے ਕੇਸਿਸ ਅਜਿਹੇ ਦੇਖਦੇ ਹਾਂ ਕਿ ਜਿਹੜੇ ਪੈਨ ਪ੍ਰਾਨੇ ਉਹਨਾਂ ਦਾ ਆਪਸ ਵਿੱਚ ਵਿਆਹ ਕਰਵਾ ਕੇ ਜਿਹੜਾ ਸਪਾਊਸ ਵੀਜ਼ਾ ਲਗਵਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਫੈਮਿਲੀ ਨੂੰ ਸੈਟਲ ਹੋਣ ਦੇ ਲਈ ਵੀ ਦੇਸ਼ ਕਿਸ ਤਰ੍ਹਾਂ ਬੁਲਾਇਆ ਜਾਂਦਾ ਹੈ ਇਹ ਬਹੁਤ ਛੋਟੀਆਂ ਗੱਲਾਂ ਨੇ ਕਿਉਂਕਿ ਇਹ ਇੰਨੀਆਂ ਆਮ ਬਣ ਚੁੱਕੀਆਂ ਨੇ ਕਿ ਹਰ ਵਿਅਕਤੀ ਇਹਨਾਂ ਗੱਲਾਂ ਤੋਂ ਜਾਣੂ ਹੈ ਪਰ ਅੱਜ ਇੱਕ ਅਜੇ ਹੀ ਗੱਲ ਤੁਹਾਡੇ ਸਾਹਮਣੇ ਡਿਸਕਸ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਜੋ ਤੁਹਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਹੁਣ ਜੇਕਰ ਤੁਸੀਂ ਤੇ ਤੁਹਾਡਾ ਪਰਿਵਾਰ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਸਿੱਧੇ ਤਰੀਕੇ ਦੇ ਨਾਲ ਸਿੱਧੇ ਰਾ ਪੈ ਕੇ ਕਿਸ ਤਰ੍ਹਾਂ ਸੈਟਲ ਹੋ ਸਕਦੇ ਹੋ ਮੇਰੇ ਨਾਲ ਇਸ ਵੇਲੇ ਐਮਪੀ ਸਿੰਘ ਜੀ ਮੌਜੂਦ ਨੇ ਜਿਹੜੇ ਦੱਸਣਗੇ ਕਿ ਕਿਸ ਤਰ੍ਹਾਂ ਇੱਕ ਬਿਜ਼ਨਸਮੈਨ ਆਪਣਾ ਬਿਜ਼ਨਸ ਆਸਟ੍ਰੇਲੀਆ ਲੈ ਕੇ ਜਾ ਸਕਦਾ ਹੈ ਤੇ ਸਿਰਫ ਬਿਜ਼ਨਸ ਹੀ ਨਹੀਂ ਉੱਥੇ ਜਾ ਕੇ ਉਸ ਨੂੰ ਪੀਆਰ ਕਿਸ ਤਰ੍ਹਾਂ ਮਿਲ ਸਕਦੀ ਹੈ ਤਾਂ ਕੁਝ ਸਿੱਧੇ ਤੇ ਸੌਖੇ ਤਰੀਕੇ ਨੇ ਜਿਨ੍ਹਾਂ ਬਾਰੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਉਸ ਦੇ ਲਈ ਸਵਾਗਤ ਕਰਾਂਗੇ ਡੇਲੀ ਪੋਸਟ ਪੰਜਾਬੀ ਦੇ ਵੇੜੇ ਐਮਪੀ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਫਿਨਿਕਸ ਬਿਜ਼ਨਸ ਐਡਵਾਈਜ਼ਰੀ ਜਿਸ ਬਾਰੇ ਤੁਸੀਂ ਸਾਨੂੰ ਦੱਸਿਆ ਇਸ ਬਾਰੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਲੋਕ ਜਾਣਦੇ ਹੋਣੇ ਇਸ ਬਾਰੇ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਇਸ ਸਿਸਟਮ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਫਿਨਿਕਸ ਬਿਜ਼ਨਸ ਐਡਵਾਈਜ਼ਰੀ ਇਜ਼ ਅ ਬਿਜ਼ਨਸ ਐਡਵਾਈਜ਼ਰੀ ਕੰਪਨੀ ਫਰਮ ਆਸਟ੍ਰੇਲੀਆ ਜਿੰਦੇ ਵਿੱਚ ਕੀ ਅਸੀਂ ਐਚ ਐਨ ਆਈ ਸੇ ਅਲਟਰਾ ਐਚ ਐਨ ਆਈ ਨੂੰ ਕੇਟਰ ਕਰਦੇ ਹਾਂ ਜੋ ਕਿ ਬਿਜ਼ਨਸ ਦੇ ਵਿੱਚ ਪਿਛਲੇ 4 ਤੋਂ 5 ਸਾਲ ਤੋਂ ਮਿਨਿਮਮ ਨੇ ਹਾਊ ਸਿਸਟਮ ਵਰਕਸ ਇਸ ਕਿ ਜੇ ਤੁਹਾਡੇ ਕੋਲ ਇੰਡੀਆ ਚ ਆਪਦਾ ਬਿਜ਼ਨਸ ਹੈ ਤੇ ਹੈ ਤੁਸੀਂ ਇੱਕ ਸਕਸੈਸਫੁਲ ਬਿਜ਼ਨਸਮੈਨ ਹੋ ਤੁਹਾਡੀ ਇੱਕ ਸਰਟਨ ਅਮਾਉਂਟ ਆਫ ਟਰਨਓਵਰ ਹੈ ਤੁਸੀਂ ਉਸੇ ਬੇਸਿਸ ਦੇ ਉੱਪਰ ਆਸਟ੍ਰੇਲੀਆ ਚ ਵੀਜ਼ਾ ਅਪਲਾਈ ਕਰ ਸਕਦੇ ਹੋ ਪੀਆਰ ਅਪਲਾਈ ਕਰ ਸਕਦੇ ਹੋ ਤੁਹਾਨੂੰ ਪੀਆਰ ਐਡਵਾਂਸ ਚ ਮਿਲਦੀ ਹੈ ਵਿਦਆਊਟ ਐਨੀ ਇਨਵੈਸਟਮੈਂਟ ਅਫਰਟ ਪੀਆਰ ਆਨ ਤੋਂ ਬਾਅਦ ਤੁਸੀਂ ਇਨਵੈਸਟ ਉੱਥੇ ਜਾ ਕੇ ਕਰਨਾ ਦੈਟਸ ਹਾਊ ਜੋ

ਹਰ ਬੰਦਾ ਇਹ ਚਾਹੁੰਦਾ ਕਿ ਮੇਰੇ ਕੋਲ ਕਹੀਂ ਕਿਤੇ ਨਾ ਕਿਤੇ ਕੁਝ ਨਾ ਕੁਝ ਹੋਰ ਵੀ ਹੋਣਾ ਚਾਹੀਦਾ ਮੈਂ ਜੇ ਹਿੰਦੁਸਤਾਨ 'ਚ ਇੱਕ ਕਾਮਯਾਬ ਬਿਜ਼ਨਸਮੈਨ ਹ ਤਾਂ ਆਈ ਵੁੱਡ ਲਾਈਕ ਟੂ ਬੀ ਕਾਮਯਾਬ ਬਿਜ਼ਨਸਮੈਨ ਇਨ ਆਸਟ੍ਰੇਲੀਆ ਇਨ ਆਸਟ੍ਰੇਲੀਆ অর ਇਨ ਅਮਰੀਕਾ অর ਇਨ ਕੈਨੇਡਾ ਐਸ ਵੈਲ ਆਸਟ੍ਰੇਲੀਆ ਇੱਕ ਐਜੀ ਆਪਸ਼ਨ ਪ੍ਰੋਵਾਈਡ ਕਰਦਾ ਜਿੰਦੇ 'ਚ ਤੁਸੀਂ ਸਿਰਫ ਆਪਦੇ ਬਿਜ਼ਨਸ ਕੈਲੀਬਰ ਤੇ ਹੀ ਪੀਆਰ ਲੈ ਲੈਣੇ 올 ਯੂ ਹੈਵ ਟੂ ਡੂ ਇਜ਼ ਤੁਸੀਂ ਆਪਦੇ ਡਾਕੂਮੈਂਟਸ ਦੋ Let the government process it for you and then you invest after nothing till that ਇੱਕ ਸਟੂਡੈਂਟ ਜਦੋਂ ਆਪਣੇ ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਜਾਂ ਪੀਆਰ ਲਈ ਅਪਲਾਈ ਕਰਦਾ ਹੈ ਤਾਂ ਸਟੈਪ ਬਾਈ ਸਟੈਪ ਚੱਲਦਾ ਹੈ ਜਿਸ ਤਰ੍ਹਾਂ ਪਹਿਲਾਂ ਉਹ ਆਪ ਜਾਂਦਾ ਉੱਥੇ ਜਾ ਕੇ ਆਪਣੀ ਲਾਈਫ ਸੈਟਲ ਕਰਦਾ ਉਸ ਤੋਂ ਬਾਅਦ ਹੌਲੀ ਹੌਲੀ ਮਾਪੇ ਨੂੰ ਬੁਲਾਉਂਦਾ ਫਿਰ ਭੈਣ ਭਰਾ ਨੂੰ ਬੁਲਾਉਂਦਾ ਉਸ ਤੋਂ ਬਾਅਦ ਕਿਤੇ ਜਾ ਕੇ ਵਿਆਹ ਦਾ ਸੋਚਦਾ ਪਰ ਇੱਕ ਬਿਜ਼ਨਸਮੈਨ ਜਿਹੜਾ ਜਦੋਂ ਉੱਥੇ ਜਾ ਕੇ ਮੂਵ ਹੁੰਦਾ ਆਸਟ੍ਰੇਲੀਆ ਮੂਵ ਹੁੰਦਾ ਹੈ ਤਾਂ ਉਹ ਆਪਣੀ ਫੈਮਲੀ ਨੂੰ ਕਿਸ ਤਰ੍ਹਾਂ ਉੱਥੇ ਬੁਲਾ ਸਕਦਾ I would say ki ਐਸੇ ਹੀ ਚੀਜ਼ ਕਰਕੇ ਸਾਨੂੰ ਯੂਨਿਕ ਕਿਹਾ ਜਾਂਦਾ ਹੈ we are a very unique company who does this for everybody how the process sada ke main tusi jis sade naal client as you come on board as a client with us pehla thodi assessment report banai jandi hai on dech eh cheez check kiti jandi hai ethe ki tusi sade client ban sakde ho ya nahi ban sakde tusi es cheez as eligible ho ya nahi ho assi thoda time nahi waste karenge na assi avda karenge if you are serious we will go ahead with the report tode business financials sare check hunde ne ethe vi hunde ne te utthe sydney office to vi check ho ke aunde ne once that gets through, you become our client. you sign up for the business migration program. No. after that, we apply your state nomination. we prepare for your state nomination. otherwise, we request kitusisa naal chalo. Har rose, har hafte. ਉਹ ਸਾਰੇ ਬਿਜ਼ਨਸmen ਉਥੇ ਸਾਡੇ ਨਾਲ ਜਾਂਦੇ ਨੇ ਸਿਡਨੀ ਆਫਿਸ ਟੇਕਸ ਕੇਅਰ ਆਫ ਇਟ ਵੀ ਕਲੀਅਰ ਈਚ ਐਂਡ ਐਵਰੀ ਸਿੰਗਲ ਡਾਊਟ ਕਿ ਤੁਸੀਂ ਜੇ ਇਥੇ కెਮਿਕਲਸ ਦੇ ਬਿਜ਼ਨਸ ਚੋਂ ਤੁਸੀਂ ਉਥੇ ਜਾ ਕੇ ਕਿਹੜਾ ਬਿਜ਼ਨਸ ਕਰ ਸਕਦੇ ਹੋ ਇਫ ਯੂ ਆਰ ਹੇਅਰ ਇਨ ਹਸਪਿਟੈਲਿਟੀ ਬਿਜ਼ਨਸ ਤੁਸੀਂ ਉਥੇ ਜਾ ਕੇ ਕਿਹੜਾ ਬਿਜ਼ਨਸ ਕਰ ਸਕਦੇ ਹੋ ਉਹ ਬਿਜ਼ਨਸ ਜੋ ਤੁਹਾਡੇ ਐਗਜ਼ਿਸਟਿੰਗ ਇੰਡੀਅਨ ਬਿਜ਼ਨਸ ਨੂੰ ਕੰਪਲੀਮੈਂਟ ਕਰੇ ਪਰੇਸ਼ਾਨ ਨਾ ਕਰੇ ਪੀਆਰਾਂ ਤੋਂ ਬਾਅਦ ਕਿ ਕੱਲ ਨੂੰ ਇਹ ਨਾ ਹੋਵੇ ਕਿ ਨਾ ਤੁਸੀਂ ਉਥੋਂ ਦੇ ਰਹੇ ਤੇ ਨਾ ਇੱਥੋਂ ਦੇ ਰਹੇ ਉਥੇ ਬਿਜ਼ਨਸ ਸ਼ੁਰੂ ਕਰ ਗਏ ਵਾਈਲ ਦੈਟ ਹੈਪਨਸ ਵਾਂਸ ਆਲ ਦਸ सिस्टमैटिक्स क्लीयर आउट, जो थोड़ा क्लीयर हो गया कि करना वी फर्दर टेक यू टू मीट द स्टेट डिपार्टमेंट टू आंसर योर क्वेश्चन जो पूछा कि बहुत सारे ऐसे लोग ने जेडे कि स्कैम्च आ जाते हैं प्लीज आस्क दैम फ्रीली वैन यू मीट दैम कि यू शुड गो हैड विद फीनिक्स और नॉट एंड देल क्लियर इट फॉर यू वी वर्क वेरी क्लोजली विद द स्टेट डिपार्टमेंट Which deals with business visas? Mm -hmm. Sydney office started in 2016, this company started. But demand, any jada se ki log, ato, both phone ka ki please to start your operations. First office in India opened in Gujarat, Ahmedabad. We have raised up to four offices in the same building from 2018 to 2020. We are going ahead with Surat office very, very soon. And the reason I'm here, is we are going to go ahead with the Ludhiana office as soon as possible, probably by 1st of July. Our Ludhiana, the office. So, not only Ludhiana, but Pure Punjab. We will slowly open the offices. Very niche market, not into anything else. We do not do any student visa, any partner visa, any spouse visa, nothing else. Only one and only one business migration to Australia. And I would like to say we are the best at it. because our fee is fully refundable in case you still don't get the visa sab kuch hon to baad bhi we will still refund you all the fees back that's our written off do document kitne successful ki nik rahe ne ki sir so far we have had 80 clients and har roz daily sadaggal 500 inquiries aundiyan ne and we have to shut our marketing kise sambhal nahi sakte isse karke growth zyada kyunki it's not easy for somebody ki to si aake kise nu no pr dwa do bina ਕੋਈ ਪੈਸੇ ਲਾਏ ਪੀਪਲ ਆ ਉਹ ਯਕੀਨ ਆਣਾ ਮੁਸ਼ਕਿਲ ਹੋ ਜਾਂਦਾ ਕਿ ਇਹ ਹੋ ਸਕਦਾ ਨਹੀਂ ਹੋ ਸਕਦਾ ਯਕੀਨ ਐਕਚੁਅਲੀ ਉਸ ਦਿਨ ਆਂਦਾ ਜਦੋਂ ਸਟੇਟ ਡਿਪਾਰਟਮੈਂਟਸ ਪਹੁੰਚ ਜਾਂਦੇ ਨੇ ਦੇ ਸਟਾਰਟ ਦਾ ਕੇਸ ਵਿਦ ਅਸ ਦੇ ਹੈਵ ਕਿਉਂਕਿ ਮਾਈਂਡ ਨਿਊਜ਼ ਐਨੇ ਜਿਆਦਾ ਕਿਸੇ ਨਾ ਕਿਸੇ ਨਾਲ ਕੋਈ ਨਾ ਕੋਈ ਕਿਤੇ ਨਾ ਕਿਤੇ ਕੁਝ ਵਾਪਰਿਆ ਜੀ ਸਮਵੇਅਰ ਸੰਬਡੀ ਲਾਸਟ ਮਨੀ ਜਾਂ ਉਹਨਾਂ ਦਾ ਕੋਈ ਜਾਣ ਪਹਿਚਾਨ ਦਾ ਬੰਦਾ ਜਿਹੜਾ ਪੈਸੇ ਕਿਤੇ ਨਾ ਕਿਤੇ ਕੁਝ ਹੋਇਆ ਉਹਨਾਂ ਨਾਲ ਜੀ ਜੀ ਦੇ ਵਿਲ ਓਨਲੀ ਗੈਟ ਦ ਟਰਸਟ ਫੈਕਟਰ ਯਕੀਨ ਉਸ ਟਾਈਮ ਜਦੋਂ ਸਟੇਟ ਡਿਪਾਰਟਮੈਂਟ ਆਲੇ ਆ ਕੇ ਕਹਿ ਦਿੰਦੇ ਕਿ ਯੈਸ ਯੂ ਡੂ ਨਾਟ ਹੈਵ ਟੂ ਇਨਵੈਸਟ ਜਦੋਂ ਤੱਕ ਤੁਹਾਡਾ ਕੁਝ ਨਹੀਂ ਆਉਂਦਾ ਤੁਸੀਂ ਆਓ ਇੱਥੇ ਰਹੋ ਆਪ ਦਾ ਬਿਜ਼ਨਸ ਦੀ ਮਾਰਕੀਟ ਰਿਸਰਚ ਕਰੋ ਆਪ ਦਾ ਕਾਰੋਬਾਰ ਦੇਖੋ ਆਪ ਦੇ ਬੱਚਿਆਂ ਦੀ ਸਕੂਲਿੰਗ ਦੇਖੋ ਕਿ ਆਨ ਤੋਂ ਡੇਢ ਸਾਲ ਬਾਅਦ ਜਦੋਂ ਤੁਸੀਂ ਇੱਥੇ ਆਨੇ ਹੋ ਡੇਢ ਸਾਲ ਦਾ ਪ੍ਰੋਸੈਸ ਹੈ ਕੀ ਉੱਥੇ ਕੀ ਹੋਏਗਾ ਯੂ ਕੀਪ ਕਮਿੰਗ ਐਂਡ ਗੋਇੰਗ ਵਿਦ ਅਸ ਫॉर द 1 ਐਂਡ ਹਾਫ ਈਅਰ ਐਂਡ ਦੈਨ ਯੂ ਇਨਵੈਸਟ ਜਦੋਂ ਤੁਹਾਡੀ ਪੀਆਰ ਆ ਜਾਂਦੀ ਹੈ ਜਦੋਂ ਤੁਹਾਡਾ ਬਿਜ਼ਨਸ ਵੀਜ਼ਾ ਆ ਜਾਂਦਾ ਜੀ ਜੀ ਤਾਂ ਲੋਕਾਂ ਨੂੰ ਵੈਸੇ ਤਾਂ ਵੈਸੇ ਕਹਿੰਦੇ ਕਿ ਸੈਟੀਸਫਾਈ ਕਰਨਾ ਬਹੁਤ ਔਖਾ ਹੁੰਦਾ ਪਰ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਇੱਕ ਮਾਈਂਡਸੈਟ ਅਜਿਹਾ ਇਸ ਕਰਕੇ ਬਣਿਆ ਕਿਉਂਕਿ ਸਕੈਮਸ ਇੰਨੇ ਜ਼ਿਆਦਾ ਹੋਏ ਨੇ ਲੋਕ ਇੰਨਾ ਜ਼ਿਆਦਾ ਠੱਗੀ ਦਾ ਸ਼ਿਕਾਰ ਹੋਏ ਨੇ ਤੁਹਾਨੂੰ ਪਤਾ ਹੋਣਾ ਕਿ ਪੰਜਾਬ ਦੇ ਵਿੱਚ ਏਜੰਟਸ ਨੂੰ ਜਾਂ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਠੱਗ ਕਹਿ ਕੇ ਬੁਲਾਇਆ ਜਾਂਦਾ ਹੈ ਆਈ ਏਮ ਅਵੇਅਰ ਆਈ ਏਮ ਅਵੇਅਰ ਆਫ ਇਟ ਐਂਡ ਦੈਟਸ ਵੈਰੀ ਡਿਫਿਕਲਟ ਫਾਰ ਅਸ ਟੂ ਰਿਮੂਵ ਜੋ ਵੀ ਬੰਦਾ ਇਸ ਇੰਡਸਟਰੀ ਚ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਜੋ ਵੀ ਬੰਦਾ ਇਸ ਇੰਡਸਟਰੀ ਦੇ ਵਿੱਚ ਪੁਰਾਣਾ ਉਹ ਇਸ ਚੀਜ਼ ਨੂੰ ਸਮਝਦਾ ਬਟ ਇਹ ਚੀਜ਼ ਦੀ ਆਨਸਰ ਸਿਰਫ ਉਸ ਬੰਦੇ ਦੇ ਕਲਾਇੰਟਸ ਦੇ ਸਕਦੇ ਤੁਸੀਂ ਸਾਡੇ ਕਲਾਇੰਟ ਬੰਦੇ ਲੋਟ ਆਫ ਪੀਪਲ ਆਸਕ ਹਾਊ ਕੈਨ ਆਈ ਟਰਸ ਯੂ ਫਰਸਟ ਕੁਐਸਚਨ ਇਜ਼ ਮੈਂ ਤੁਹਾਨੂੰ ਤੁਹਾਡੇ ਤੇ ਵਿਸ਼ਵਾਸ ਕਿਉਂ ਕਰਾਂ ਸਾਡਾ ਆਨਸਰ ਹੁੰਦਾ ਕਿ ਇਹ ਦੇ ਸਾਡੇ ਪੰਜਾਹ ਕਲਾਇੰਟ ਤੁਸੀਂ ਕਿਸੇ ਨੂੰ ਵੀ ਫੋਨ ਕਰਕੇ ਪੁੱਛ ਲਓ ਐਂਡ ਯੂ ਹੈਵ ਅ ਫਰੀ ਹੈਂਡ ਤੁਸੀਂ ਇਹਨਾਂ ਨੂੰ ਇਹ ਵੀ ਜਾ ਕੇ ਕਹਿ ਸਕਦੇ ਕਿ ਫੀਨਿਕਸ ਇਜ਼ ਅ ਸਕੈਮ ਉਹ ਤੁਹਾਨੂੰ ਆਪੇ ਕਰੈਕਟ ਕਰ ਦੇਣਗੇ ਬਿਕੋਜ਼ ਦੇ ਹੈਵ ਸੀਨ ਦਾ ਹੋਲ ਪ੍ਰੋਸੈਸ ਪਹਿਲਾ ਕਦਮ ਕਲੈਂਟ ਨੂੰ ਹੀ ਲੈਣਾ ਪੈਂਦਾ ਟੂ ਬਿਕਮ ਅਵਰ ਕਲੈਂਟ ਉਦੋਂ ਅਗਲੇ 10 ਕਦਮ ਅਸੀਂ ਲੈਣੇ ਉਹਨਾਂ ਦਾ ਮਾਈਂਡ ਸੈਟੀਸਫਾਈ ਕਰੇ ਇੱਕ ਬਿਜ਼ਨਸਮੈਨ ਜਦੋਂ ਮੂਵ ਕਰ ਰਿਹਾ ਹੈ ਮਾਈਗ੍ਰੇਟ ਕਰ ਰਿਹਾ ਹੈ ਇੰਡੀਆ ਤੋਂ ਆਸਟ੍ਰੇਲੀਆ ਤਾਂ ਉਹਦੇ ਲਈ ਈਜ਼ੀ ਹੈ ਕਿਉਂਕਿ ਉਹਨੇ ਉੱਥੇ ਜਾ ਕੇ ਵੀ ਬਿਜ਼ਨਸ ਕਰਨਾ ਹੈ ਬੱਚਿਆਂ ਦੇ ਲਈ ਜਾਂ ਪਰਿਵਾਰ ਦੇ ਲਈ ਕੀ ਖਾਸ ਹੈ ਜਾਂ ਉਹਨਾਂ ਦੇ ਲਈ ਕੀ ਪਲੱਸ ਪੁਆਇੰਟ ਹੈ ਅਪ ਟੂ 23 ইয়ার্স ਬੱਚੇ ਇਹਦੇ ਚ ਇਨਕਲੂਡ ਹੋ ਜਾਂਦੇ ਜੇ ਤੁਹਾਡਾ ਬੱਚਾ 23 ইয়ার্স ਤੱਕ ਦਾ ਹੈ ਜੇ ਤੁਹਾਨੂੰ ਪੀਆਰ ਮਿਲ ਰਹੀ ਹੈ ਉਹਨਾਂ ਨੂੰ ਨਾਲ ਕੰਪਲੀਮੈਂਟ ਮਿਲ ਰਹੀ ਹੈ ਥੈਟ ਇਨ ਮਾਈ ਇਨ ਮਾਈ ਚੈਰੀ ਔਨ ਦਾ ਕੇਕ ਐਬਸੋਲੂਟਲੀ ਇਨ ਮਾਈ অপੀਨੀਅਨ ਇਜ਼ ਦਾ ਬੈਸਟ ਗਿਫਟ ਯੂ ਕੈਨ ਗਿਵ ਇਟ ਟੂ ਯਰ ਕਿਡਸ ਜੋ ਤੁਸੀਂ ਮੈਂਸ਼ਨ ਸ਼ੁਰੂ ਚ ਕੀਤਾ ਸੀ ਕਿ ਤੁਸੀਂ ਪਹਿਲਾਂ ਜਾਣੇ ਹੋ ਪੜਦੇ ਹੋ ਆਫਟਰ ਦੈਟ ਯੂ ਸਟਰਗਲ ਦੈਟ ਸਾਊਂਡਸ ਲਾਈਕ ਮਾਈ ਸਟੋਰੀ ਆਈ ਵੈਂਟ ਇਨ 2007 ਸਟੱਡੀਡ ਵਰਕਡ ਐਜ਼ ਅ ਰਿਸੈਪਸ਼ਨਿਸਟ ਵਰਕਡ ਐਜ਼ ਅ ਮਾਰਕੀਟਿੰਗ ਮੈਨੇਜਰ ਸਟਾਰਟਡ ਮਾਈ ਬਿਜ਼ਨਸ ਗਾਟ ਮਾਈ ਪੀਆਰ ਦੈਨ ਮਾਈ ਬ੍ਰਦਰ ਕੇਮ ਦੈਨ ਮਾਈ ਪੇਰੈਂਟਸ ਸਟਾਰਟਡ ਟੂ ਕੇਮ ਐਂਡ ਟੁਡੇ ਆਮ ਹੇਅਰ only because na ta mainu is <laughs> cheez da pata si us time na ye is tarah de visas available si nor my father was an hna at that time i came i left with 500 B made from ground up ajj de time ch jis bande kol already acchi turnover hai they don't have to do the same thing to their kids unna nu aapde bachche nu us tarike ch bhejan di zarurat nahi hai ki oh ja ke struggle karan oh bachcha padhna chahunda oh ja ke padh sakda meri tarah unna nu ja ke utthe ਹਾਰਡ ਲਾਈਫ ਜੀਕੇ ਪੀਆਰ ਲੈਂਨ ਦੀ ਲੋੜ ਨਹੀਂ ਹੈ ਜੇ ਤੁਹਾਨੂੰ ਇੱਥੇ ਬੈਠੇ ਹੀ ਪੀਆਰ ਮਿਲ ਜਾਂਦੀ ਹੈ ਬੱਚਾ ਅਜ 10 ਸਾਲ ਦਾ 12 ਦਾ 15 ਦਾ ਉਹਨੇ 2 ਸਾਲ ਬਾਅਦ ਪੜਨ ਜਾਣਾ ਉਹਨੂੰ ਇੱਥੇ ਹੀ ਮਿਲ ਗਈ ਉਹ ਆਈਡੀਆ ਕੀ ਸੋਚ ਕੇ ਆਇਆ ਦਿਮਾਗ ਦੇ ਵਿੱਚ ਵੀ ਗਾਟ ਲੋਟ ਆਫ ਇਨਕੁਆਰੀਜ਼ ਵੀ ਗਾਟ ਲੋਟ ਆਫ ਇਨਕੁਆਰੀਜ਼ ਅਬਾਊਟ ਇਟ ਕਿ ਮੇਰਾ ਇੱਥੇ ਸਭ ਕੁਝ ਹੈਗਾ ਮੈਂ ਇੱਥੇ ਬਿਜ਼ਨਸਮੈਨ ਹੈ ਮੈਂ ਆਸਟ੍ਰੇਲੀਆ ਆਉਣਾ ਚਾਹੁੰਦਾ ਬਟ ਮੈਂ ਆ ਕੇ ਟੈਕਸੀ ਨਹੀਂ ਚਲਾਵਾਂਗਾ ਮੈਨੂੰ ਇੱਥੇ ਪ੍ਰੋਪਰ ਬਿਜ਼ਨਸ ਚਾਹੀਦਾ ਮੇਰੇ ਬੱਚੇ ਸੈੱਟ ਕਰਕੇ ਗਵਰਨਮੈਂਟ ਕੇਮ ਵਿਦ ਥੈਟ ਆਈ ਗਵਰਨਮੈਂਟ ਆਫ ਆਫ ਆਸਟ੍ਰੇਲੀਆ ਇਸ ਲੁਕਿੰਗ ਫॉर ਸਿਟੀਜ਼ਨਸ ਜੋ ਆਫ ਦੀ ਹੋਮ ਕੰਟਰੀ ਦੇ ਵਿੱਚ ਚੰਗੇ ਬਿਜ਼ਨਸਮੈਨ ਨੇ ਉਹਨਾਂ ਕੋਲ ਚੰਗਾ ਕੈਰੈਕਟਰ ਸਰਟੀਫਿਕੇਟ ਹੈ ਦੇ ਹੈਵ ਪੇਡ देयर ਟੈਕਸਸ ਔਨ ਟਾਈਮ ਦੇ ਆਰ ਨਾਟ ਇਨਵੋਲਡ ਇਨ ਐਨੀ ਸਕੈਮ অর ਐਨੀਥਿੰਗ ਆਫ ਥੈਟ ਸੋਰਟ ਮੋਸਟ ਵੈਲਕਮ ਤੁਹਾਨੂੰ ਪੀਆਰ ਐਡਵਾਂਸ ਮਿਲੇਗੀ ਤੁਸੀਂ ਆਓ ਆਫ ਦਾ ਬਿਜ਼ਨਸ ਐਕਸਪੈਂਡ ਕਰੋ ਲਿਵ ਯੋਰ ਲਾਈਫ ਕੰਫਰਟ ਸਰ ਪੰਜਾਬ ਦੇ ਕਿੰਨੇ ਕਲਾਇੰਟਸ ਜੁੜੇ ਨੇ ਨਾਲ ਵੀ ਹੈਵ ਅਬਾਊਟ 20 ਕਲਾਇੰਟਸ ਫਰਮ ਪੰਜਾਬ ਸੋ ਫਾਰ ਫੀਡਬੈਕ ਕੀ ਮਿਲ ਰਿਹਾ ਹੋ ਫੀਡਬੈਕ ਤੁਹਾਨੂੰ ਉਹੀ ਦੇ ਸਕਦੇ ਆ ਯੂ ਕੈਨ ਐਕਚੁਅਲੀ ਚੈੱਕ आवर ਟੈਸਟੀਮੋਨਿਅਲਸ ਔਨ आवर ਵੈਬਸਾਈਟ ਵੀ ਹੈਵ ਵੀਡੀਓ ਟੈਸਟੀਮੋਨਿਅਲਸ ਫ্রম ਪੰਜਾਬ ਕਲਾਈਐਂਟਸ ਐਸ ਵੈਲ ਐਸ ਫ্রম ਗੁਜਰਾਤ ਕਲਾਈਐਂਟਸ ਮੈਟਰ ਆਫ ਫੈਕਟ ਮਾਈ ਫਰਸਟ ਕਲਾਈਐਂਟ ਵਾਸ ਫ্রম ਦੁਬਈ ਆ ਡੋਨਟ نو ਹਾਉ ਦੇ ਫਾਊਂਡ ਅਸ ਗੁਰਪ੍ਰੀਤ ਸਿੰਘ ਅਗੇਨ ਪੰਜਾਬੀ ਐਂਡ ਹੀ ਵੈਂਟ ਹੈਡ ਵਿਦ ਅਸ ਅਸੀਂ ਸੋਸ਼ਲ ਮੀਡੀਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਅੱਜ ਬੜਾ ਵੱਡਾ ਰੋਲ ਅਦਾ ਕਰ ਰਿਹਾ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਲੋਕ ਹਰ ਅਪਡੇਟ ਸੋਸ਼ਲ ਮੀਡੀਆ ਰਾਹੀਂ ਲੈ ਰਹੇ ਨੇ ਸੋਸ਼ਲ ਮੀਡੀਆ ਤਾਂ ਕਹ not really not really it depends on thoda real motive ki hai je punjabi utthe ja ke gann paande ne punjabiya nu to fir welcome hona hi nahi chahida si hmm. but we are indians as not only punjabis hmm. indians are regarded the highest ji hmm. in any foreign national we are never enrolled in any sort of stupidity kade indians da naam nahi kharab hunda indians da apna community ch thoda bahut jo jo chalda chalda but i don't think so punjabis have earned a lot of fame overseas jo bachpan da hai ki jo banda 19 saal da 20 saal da itho jayega oh pehla mere wangu jaake ohnu sports car vich chakdiya i am 34 i am still a fan of lamborghini oh oh bachcha tusi oh nahi kat sakde kisi bhi aadmi ch nahi kat sakde but that's not considered as ki tusi utthe jaake gand paande ho ya ladai karde ho ya kuch ho I came from nothing mere naal hai je bahut sare log ne jinna ne bahut struggle kiti and i have they have built it up mm -hmm. to answer clear answer ਕਿ ਪੰਜਾਬੀ ਉਥੇ ਜਾ ਕੇ ਗੰਨ ਫਾਉਂਦੇ ਨੇ ਇਫ ਦੇ ਵਰ ਡੂਇੰਗ ਸੋ ਵਾਈ ਆਰ ਦੇ ਸੋ ਸਕਸੈਸਫੁਲ ਸ਼ੋ ਮੀ ਵਨ ਇਕ ਵੀ ਪੰਜਾਬੀ ਇਕ ਵੀ ਗੁਜਰਾਤੀ ਆਈ ਵਿਲ ਸੇ ਇਕ ਵੀ ਇੰਡੀਅਨ ਐਜਾ ਨਹੀਂ ਹੈਗਾ ਜਿਹੜਾ ਕਾਮਯਾਬ ਨਹੀਂ ਹੈਗਾ ਕਿਸੇ ਵੀ ਹੋਰ ਕੰਟਰੀ ਜਾ ਕੇ ਐਵਰੀਬਾਡੀ ਇਸ ਐਂਡ ਥੈਟ ਇਜ਼ ਦ ਰੀਅਲ ਰੀਜ਼ਨ ਕਿ ਪੂਰੇ ਪੰਜਾਬ ਚ ਆਇਲ ਸਟਾਫਲ ਦੇ ਬੋਰਡ ਲੱਗੇ ਹੋਏ ਆ ਉਏ ਦੋਸਾਂ ਚ ਲੱਗਿਆ ਜੀ ਜੀ ਬਿਲਕੁਲ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਕਿਵੇਂ ਸੋਚਿਆ ਸੀ ਕਿ ਆਪਣੇ ਆਪ ਨੂੰ ਭੀੜ ਨਾਲੋਂ ਵੱਖਰਾ ਰੱਖਣਾ ਹੈ ਇਹ ਭੇੜ ਚਾਲ ਹੈ ਜਿਹੜੀ ਅੱਜ ਕੱਲ ਕੰਸਲਟੈਂਟਸ ਦੀ ਆ ਏਜੰਟਸ ਕਹ ਲੋ ਇਮੀਗ੍ਰੇਸ਼ਨ ਕੰਸਲਟੈਂਟਸ ਕਹ ਲੋ ਇਹਨਾਂ ਤੋਂ ਵੱਖਰੇ ਰਹਿਣ ਦਾ ਕਿਸ ਤਰ੍ਹਾਂ ਸੋਚਿਆ ਤੇ ਕਿਸ ਤਰ੍ਹਾਂ ਸਾਬਤ ਵੀ ਕੀਤਾ ਵੀ ਓਨਲੀ ਡੀਲ ਵਿਦ ਵਨ ਵੀ ਸਪੈਸ਼ਲਾਈਜ਼ ਓਨਲੀ ਐਂਡ ਓਨਲੀ ਇਨ ਬਿਜ਼ਨਸ ਮਾਈਗ੍ਰੇਸ਼ਨ ਟੂ ਆਸਟ੍ਰੇਲੀਆ ਨਾਟ ਓਨਲੀ ਬਿਜ਼ਨਸ ਮਾਈਗ੍ਰੇਸ਼ਨ ਫੀਨਿਕਸ ਹੈਸ 3 ਵਰਟੀਕਲਸ 5% ਇਜ਼ ਬਿਜ਼ਨਸ ਮਾਈਗ੍ਰੇਸ਼ਨ 15% business advisory 80% is our real estate business a lot of real estate business is booming and the safest business happens to be in australia interest rate cutter you can invest into it it's clear money you do not have to have, do the hanky panky stuff mm -hmm. sab kuch saaf sutra hai, sab kuch clear sir ho sakta hai tuhan da plan lokanu bahut pasand aaye par oh halle financially ready na hon tak kehdiya gallan ne jaddiyan dhyan vich rakhn te aan wale samay tak jadda apne, apne aap nu ready kar la financially vi te mentally vi ਜੀ ਤੁਹਾਡੇ ਕੋਲ ਪਿਛਲੇ 2 ਸਾਲ ਤੋਂ 2.5 CR ਅਬੋਵ ਟਰਨਓਵਰ ਹੈ ਜੀ ਜੇ ਤੁਹਾਡੇ ਐਸੈਟਸ ਓਨ ਅ ਯੋਰ ਨੇਮ অর ਅੰਡਰ ਯੋਰ ਸਪਾਊਸ ਨੇਮ 4 CR ਪਲਸ ਨੇ ਯੂ ਆਰ ਆਲਮੋਸਟ ਥੇਰ ਯੂ ਡੋਨਟ ਹੈਵ ਤੁਹਾਡੇ ਕੋਲ ਪੈਸਾ ਜੇਬ ਚ ਹੋਣਾ ਜ਼ਰੂਰੀ ਨਹੀਂ ਹੈ ਤੁਹਾਨੂੰ ਵੀ ਆਰ ਤੁਹਾਡੀ ਬਿਜ਼ਨਸ ਕਪੈਸਿਟੀ ਤੁਹਾਡੀ ਬਿਜ਼ਨਸ ਐਕੂਮੈਂਟ ਤੇ ਮਿਲਦੀ ਹੈ ਬਿਜ਼ਨਸ ਵੀਜ਼ਾ ਬਿਜ਼ਨਸ ਐਕੂਮੈਂਟ ਤੇ ਮਿਲਦਾ ਸੋ ਹੈਵ ਥੈਟ ਪ੍ਰਿਪੇਅਰਡ ਡੇਡ ਸਾਲੋਂ ਤੋਂ ਬਾਅਦ ਤੁਹਾਡੇ ਕੋਲ ਵੀਜ਼ਾ ਆਂਦੇ ਆ ਉਸ ਤੋਂ ਬਾਅਦ ਤੁਸੀਂ ਇਨਵੈਸਟ ਕਰਨਾ ਸੋ ਯੂ ਕੈਨ ਆਲਵੇਜ਼ ਵਰਕ ਅਰਾਊਂਡ ਯਰ ਵੇ ਬੜੇ ਲੰਮੇ ਸਮੇਂ ਤੋਂ ਕੈਨੇਡਾ ਜਾਣ ਦਾ ਟ੍ਰੈਂਡ ਚੱਲ ਰਿਹਾ ਤੇ ਫਿਰਨਿਕਸ ਨੇ ਆਸਟ੍ਰੇਲੀਆ ਨੂੰ ਹੀ ਕਿਉਂ ਚੂਸ ਕੀਤਾ ਬਿਕੋਜ਼ ਆਸਟ੍ਰੇਲੀਆ ਨੇ ਹੀ ਮੈਨੂੰ ਸਭ ਕੁਝ ਦਿੱਤਾ ਆਈ ਨੈਵਰ ਵੈਂਟ ਟੂ ਕੈਨੇਡਾ ਆਈ ਹੈਵ ਨਾਥਿੰਗ ਅਗੇਂਸਟ ਐਨੀ ਅਦਰ ਕੰਟਰੀ ਬਟ ਜਿਸ ਥਾਂ ਤੋਂ ਮੈਨੂੰ ਕਾਮਯਾਬੀ ਮਿਲੀ ਹੈ ਆਈ ਊਡ ਆਲਵੇਜ਼ ਪ੍ਰਮੋਟ ਦੈਟ ਔਰ ਦੈਟ ਇਜ਼ ਮਾਈ ਸੈਕੰਡ ਹੋਮ ਔਰ ਇਵਨ ਫਰਸਟ ਹੋਮ ਪੰਜਾਬ ਐਂਡ ਆਸਟ੍ਰੇਲੀਆ ਊਡ ਬੀ ਬੋਥ ਮਾਈ वन वे ओर या हम आते हैं तो यहां मैं होते बहुत काटे जे देखण नु मिलदा दे है कि एक सक्सेसफुल बंदा दूसरे बंदे नु सक्सेसफुल हुंदा देख के खुश हुंदा है क्योंकि जवें ਸਾਡੇ ਇਮੀਗ੍ਰੇਸ਼ਨ ਕੰਸਲਟੈਂਟਸ ਲਾ ਲੋ ਨਾ ਏਜੰਟਸ ਦੀ ਗੱਲ ਸੁਣਾਈਏ ਤਾਂ ਲੋਕ ਆਪਣੇ ਜ਼ਮੀਨ ਗੈਣੇ ਤਰ ਦਿੰਦੇ ਨੇ ਬੱਚੇ ਨੂੰ ਬਾਹਰ ਭੇਜਣ ਦੀ ਖਾਤਰ ਲੋਕਾਂ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ ਪਰਿਵਾਰ ਰੋਟੀ ਤੋਂ ਵੀ ਔਖੇ ਹੋ ਜਾਂਦੇ ਨੇ ਤਾਂ ਕਿ ਬੱਚਾ ਵਿਦੇਸ਼ ਪਹੁੰਚ ਜਾਏ ਇੱਕ ਪਰਸਨਲ ਫਿਲਾਸਫੀ ਹੈ ਐਂਡ ਮਾਈ ਫਾਦਰ ਆਲਸੋ ਹੈਡ ਲੋਟ ਆਫ ਕੰਟ੍ਰਿਬਿਊਸ਼ਨ ਟੂ ਇਟ ਮਾਈ ਫਾਦਰਸ ਹਵ ਆਲਵੇਸ ਸੈਡ ਕਿ ਤੁਸੀਂ ਪੈਸਾ ਕਮਾਓ ਕਸਾ ਹਰ ਬੰਦਾ ਕਮਾਉਂਦਾ ਹੈ ਉਹ ਪੈਸਾ ਕਮਾਓ ਜਿਹੜਾ ਬੰਦਾ ਤੁਹਾਨੂੰ ਪੈਸਾ ਖੁਸ਼ੀ ਨਾਲ ਦੇ ਕੇ ਜਾਏ ਜਿਉਂ ਪੈਸਾ ਤੁਹਾਡੇ ਘਰ ਚ ਦੁੱਖ ਦੇ ਨਾਲ ਆਂਦਾ ਤਾਂ ਉਹ ਪੈਸਾ ਤੁਹਾਡੇ ਕੋਲ ਕਦੇ ਨਹੀਂ ਰਹੇਗਾ ਸੋ ਆਈ ਐਮ ਨਾਟ ਇਨ ਥੈਟ ਗੇਮ ਆਫ ਮੇਕਿੰਗ ਮਨੀ ਰਿਪਿੰਗ ਆਫ ਪੀਪਲ ਸਾਡੀ ਫੀਸ ਫੁਲੀ ਰਿਫੰਡੇਬਲ ਹੈ ਫਾਰ ਥੈਟ ਸੇਮ ਰੀਜ਼ਨ ਮੇਰੇ ਨਾਲ ਜਿੰਨੇ ਵੀ ਮੇਰੇ ਹੋਰ ਐਡਵਾਈਜ਼ਰਸ ਨੇ ਮਾਈ ਲਾਇਰਜ਼ एवरीवन सेज दैट ਕਿ ਕਿਉਂ ਸਾਡੀ ਫੀਸ ਫੁਲੀ ਰਿਫੰਡੇਬਲ ਹੈ ਵੀ ਸ਼ੁੱਡ ਐਟ ਲੀਸਟ ਚਾਰਜ ਸਮਥਿੰਗ ਨੇ ਤੁਸੀਂ ਕਿਸ ਨੂੰ ਉਥੇ ਲਿਜਾ ਕੇ ਕਾਫੀ ਵੀ ਪਿਲਾਣੇ ਇਫ ਯੂ ਗੋ ਪਿਕ ਸਮਬਡੀ ਅਪ ਫਰਮ ਦ ਏਅਰਪੋਰਟ ਇਫ ਇਟ ਕਾਸਟਸ ਅਸ ਮਨੀ ਸੋ ਫॉर दैट ਆਰ ਇਵਰ ਸਟੀਲ ਅਗੇਂਸਟ ਇਟ ਇੱਕ ਇੱਕ ਨਵੀਂ ਗੱਲ ਤੇ ਚਰਚਾ ਹੋਈ ਹੈ ਲੋਕ ਸੁਣ ਰਹੇ ਨੇ ਤੇ ਲੋਕ ਗੂਗਲ ਜ਼ਰੂਰ ਕਰਨਗੇ ਕਿ ਹੈ ਕਿ ਫਿਨਿਕਸ ਬਿਜ਼ਨਸ ਐਡਵਾਈਜ਼ਰੀ ਤਾਂ ਲੋਕਾਂ ਨੂੰ ਦੱਸ ਦਿਓ ਕਿੱਥੇ ਜਾ ਕੇ ਸਰਚ ਕਰਨ ਪੀਸੀਬੀਏ.com.au ਪੀਸੀਬੀਏ.com.au ਫਿਨਿਕਸ ਬਿਜ਼ਨਸ ਐਡਵਾਈਜ਼ਰੀ ਤੁਸੀਂ ਗੂਗਲ ਤੇ ਸਾਨੂੰ ਮਿਲ ਸਕਦੇ ਹੋ ਫੇਸਬੁੱਕ ਇੰਸਟਾਗ੍ਰਾਮ ਯੂ ਕੈਨ ਕਾਲ ਅਸ all mediums are possible ਤਾਂ ਲੱਗ ਰਿਹਾ ਕਿ ਲੋਕਾਂ ਨੂੰ ਤੁਹਾਨੂੰ ਸੁਣ ਕੇ ਹੁਣ ਤੱਕ ਤਸੱਲੀ ਹੋ ਗਈ ਹੋਣੀ ਹੈ ਆਈ ਹੋਪ ਸੋ ਆਈ ਹੋਪ ਸੋ ਬਟ ਇਹ ਬਿਜ਼ਨਸ ਇਸ ਤਰ੍ਹਾਂ ਦਾ ਹੈ ਇਹ ਇੰਡਸਟਰੀ ਇਸ ਤਰ੍ਹਾਂ ਦੀ ਹੈ ਇੰ ਵਿੱਚ ਕਿਸੇ ਵੀ ਚੀਜ਼ ਤੇ ਵਿਸ਼ਵਾਸ ਆਂਤੇ ਕਿਸੇ ਵੀ ਬੰਦੇ ਤੇ ਵਿਸ਼ਵਾਸ ਆਂਤੇ ਤੈਨੂੰ ਲੱਗੇਗਾ ਲੋਕਾਂ ਦੀ ਗਲਤੀ ਨਹੀਂ ਹੈ ਲੋਕਾਂ ਨਾਲ ਹੋਈ ਬਹੁਤ ਗੱਲ ਹੈ ਅਕਸਰਲੀ ਉਹਨਾਂ ਤੁਸੀਂ ਅੱਜ ਦਾ ਨਿਊਜ਼ਪੇਪਰ ਪਿਕ ਕਰ ਲਓ ਕਿਤੇ ਨਾ ਕਿਤੇ ਕੁਛ ਨਾ ਕੁਛ ਹੋਇਆ ਹੀ ਹੈ ਮੇਰੇ ਕੋਲ ਹਰ ਰੋਜ਼ ਦੇ ਪੰਜ ਕੇਸ ਜਿਹਾ ਨੇ ਜਿਹੜੇ ਬੱਚੇ ਜਿਹੜੇ ਸਟੂਡੈਂਟਸ ਆ ਜਿਹੜੇ ਲੋਕ ਨੇ ਬਾਹਰੋਂ ਕਾਲ ਕਰਕੇ ਕਹਿ ਰਹੇ ਨੇ ਕਿ ਸਾਡੇ ਨਾਲ ਧੋਖਾ ਹੋਇਆ ਸੀ ਇੰਨੀ ਬੁਰੀ ਤਰ੍ਹਾਂ ਫਸ ਗਏ ਆ ਕਿ ਨਾ ਸੀ ਵਾਪਸ ਆਣ ਜੋਗੇ ਆ ਤੇ ਨਾ ਸੀ ਇੱਥੇ ਬਸਣ ਜੋਗੇ ਇਹੀ ਚੀਜ਼ ਦਾ ਡਿਫਰੈਂਸ ਆ ਜਾਂਦਾ ਤੁਸੀਂ ਸਾਡੇ ਨਾਲ ਕੇਸ ਸਟਾਰਟ ਕੀਤਾ ਯੂ ਆਰ ਓਲਰੈਡੀ ਅ ਸਕਸੈਸਫੁਲ ਬਿਜ਼ਨਸਮੈਨ ਤੁਹਾਨੂੰ ਤੁਹਾਡੇ ਹੀ ਬੇਸਿਸ ਤੇ ਪਹਿਲਾਂ ਬਿਜ਼ਨਸ just to show it to clear it us mm -hmm. the jaake hi people open up mm -hmm. jado sydney office se back e dobara mere naal ussi level te gal karde ne oh bahut alag tareeke na gal hundi mm -hmm. that i sorry i didn't think ki tusi as level te kam kar sakde mm ho -hmm. and after that they've started referring most of our work comes from references matlab mm unan nu satisfaction ho -hmm. jaye is liye tusi unan nu naal vi leke not only naal leke jaake sab kuch dikhana business to ਸਕੂਲਸ ਟੂ ਯੂਨੀਵਰਸਿਟੀਆਂ ਟੂ ਹਸਪੀਟਲਸ ਇਵਨ ਜੋ ਜਿਸ ਰਿਲੀਜੀਅਨ ਦਾ ਵੀ ਉਹ ਬੰਦਾ ਉਹ ਹਿੰਦੂ ਹੈ ਮੁਸਲਮਾਨ ਹੈ ਉਹ ਸਿੱਖ ਹੈ ਉਹ ਕ੍ਰਿਸਚੀਅਨ ਹੈ 올 देयर ਟੈਂਪਲਸ ਆਰ ਕਵਰਡ ਐਟ ਦ ਸੇਮ ਟਾਈਮ 올 देयर ਬੈਂਕਿੰਗ ਨੀਡਸ 올 ਦ ਮੈਡੀਕਲ ਮੈਡੀਕਲਸ ਹੈਜ਼ ਬੀਨ ਕਵਰਡ ਕਿ ਤੁਸੀਂ ਕੱਲ ਨੂੰ ਜਿੱਥੇ ਰਹਿਣਾ ਹੈ ਆਲੇ ਦੋਲੇ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੇ ਸ਼ਹਿਰ ਚ ਵੀ ਰਹਿਣਾ ਚਾਹੁੰਦੇ ਹੋ ਵੀ ਗਿਵ ਯੂ ਅ ਫਰੀ ਹੈਂਡ ਇਟਸ ਨਾਟ ਕਿ ਯੂ ਆਰ ਕਨਫਾਈਨਡ ਟੂ ਸਿਡਨੀ অর ਯੂ ਤੁਸੀਂ ਜਾ ਕੇ ਸਿਰਫ ਬ੍ਰਿਸਬਨ ਚ ਹੀ ਰਹਿ ਸਕਦੇ ਹੋ ਜਾਂ ਯੂ ਵਿਲ ਬੀ ਸਟੇਇੰਗ ਇਨ ਤਾਸਮੇਨੀਆ 올 ਡਿਪੈਂਡਸ ਔਨ ਦ ਪਰਸਨ ਜੋ ਉਹ ਸਿਲੈਕਟ ਕਰ ਦੇਣਾ ਦੈਨ ਕਮਸ ਟੂ ਦ ਮੇਜਰ ਵਾਟ ਅਬਾਊਟ ਮਾਈ ਮਨੀ ਕਿਹੜੇ ਕਿਹੜੇ ਬਿਜ਼ਨਸਸ ਤੁਹਾਨੂੰ ਸੂਟ ਕਰਨਗੇ ਫਰਦਰ ਕਮਸ ਡਾਊਨ ਕਿ ਹੋ ਇਹ ਸਭ ਕੁਝ ਹੋ ਗਿਆ ਆਈ ਐਮ ਸਟਿਲ ਡੋਨਟ ਟਰਸਟ ਯੂ ਲੈਟਸ ਗੋ ਸੀ ਦ ਸਟੇਟ ਡਿਪਾਰਟਮੈਂਟ ਉਹਨਾਂ ਨੂੰ ਪੁੱਛ ਲਿਆ ਜੀ ਏ ਇਜ਼ੀ ਵੇ ਹੈ ਮੈਨੂੰ ਲੱਗਦਾ ਕਿ ਕਿ ਬੱਚਿਆਂ ਨਾਲ ਕੀ ਹੋ ਰਿਹਾ ਹੈ ਬੱਚਿਆਂ ਨੂੰ ਗਲਤ ਕੋਰਸਸ ਦੇ ਦਿੱਤੇ ਜਾਂਦੇ ਨੇ ਯੂਨੀਵਰਸਿਟੀ ਗਲਤ ਕਾਲਜਸ ਜਾਂ ਜਿਹੜੇ ਕਾਲਜਸ ਹੁੰਦੇ ਹੀ ਨਹੀਂ ਹੈ ਬੱਚਿਆਂ ਨਾਲ ਇਸ ਕਦਰ ਤੱਕ ਧੋਖੇ ਧੋਖਾ ਧੜੀ ਹੋ ਰਹੀ ਹੈ ਕਿ ਬੱਚੇ ਉੱਥੇ ਜਾ ਕੇ ਜਦੋਂ ਆਪਣੇ ਹਾਲਾਤ ਬਿਆਨ ਕਰਦੇ ਨੇ ਤਾਂ ਸ਼ਰਮ ਆਂਦੀ ਹੈ ਅੱਜਕਲਹਾਂ ਕੰਸਲਟੈਂਟਸ ਬਾਰੇ ਸੁਣ ਕੇ ਅਗੇਨ ਆਈ ਡੋਨਟ ਵਾਂਟ ਟੂ ਕਮੈਂਟ ਔਨ ਐਨੀ ਅਦਰ ਪਰਸਨ ਬਿਕਾਜ਼ ਇਟਸ ਨੋਟ ਮਾਈ ਬਿਜ਼ਨਸ ਬਟ ਕਲੈਂਟਸ ਜੋ ਸਾਡੇ ਨਾਲ ਜੁੜਦੇ ਨੇ and before coming to this interview i had a meeting with somebody unne ne vi mainu ehi question puchhya si ki mere beti utthe ja ke padhna chahndi hai i answered the question in a very simple form je mainu mauka milya hunda if my father had that strong background in business main utthe ja ke avdi university zarur dekh ke aunda i love what i studied i graduated from macquarie uni but main kade dekhi ni sisre photo achi dekhi i studied everything but mainu mauka milonda i would have picked ਕਿ ਮੈਂ ਮੈਕੋਰੀ ਵੀ ਦੇਖਣਾ ਪਸੰਦ ਕਰਾਂਗਾ ਮੈਂ ਮੈਲਬਨ ਵੀ ਜਾ ਕੇ ਮੈਲਬਨ ਯੂਨੀਵਰਸਿਟੀ ਵੀ ਦੇਖਣਾ ਪਸੰਦ ਕਰਾਂਗਾ ਆਰਐਮਆਈਟੀ ਵੀ ਜਾਵਾਂਗਾ ਆਈ ਵਿਲ ਪਿਕ ਐਂਡ ਚੂਸ ਜੋ ਸਾਡੇ ਕਲਾਇੰਟਸ ਨੇ ਉਹਨਾਂ ਨੂੰ ਇਹ ਮੌਕਾ ਮਿਲਦਾ ਹੈ ਕਿ ਉਹ ਬੱਚਿਆਂ ਨੂੰ ਦੇ ਸਕਣ ਸੋ ਦਿਸ ਕਲਾਇੰਟ ਹੈਜ਼ ਅ ਡਾਟਰ ਹੂ ਵਾਂਟਸ ਟੂ ਬੀ ਐਨ ਐਸਟ੍ਰੋਫਿਜ਼ਿਸਿਸਟ ਉਹਨੇ ਜਾ ਕੇ ਸਾਰੀ ਯੂਨੀਵਰਸਿਟੀਆਂ ਚੈੱਕ ਕਰਨੀ ਹੈ ਉਹਨਾਂ ਕੋਲ ਮੌਕਾ ਜੀ ਦੈਟਸ ਹਾਊ ਵੀ ਆਰ ਡਿਫਰੈਂਟ ਇੱਕ ਸਵਾਲ ਹੈ ਇਹ ਸਵਾਲ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਹਦਾ ਜਵਾਬ ਕਿਸ ਤਰ੍ਹਾਂ ਦਿਓਗੇ ਪਰ ਸਵਾਲ ਜ਼ਹਿਨ ਚ ਆਇਆ ਤਾਂ ਜ਼ਰੂਰ ਪੁੱਛਾਂਗੀ ਕਿ ਕਦੀ ਅੱਦਾ ਵੀ ਹੋਇਆ ਕਿ ਇੱਕ ਬੰਦਾ ਜਿਹਦਾ ਜਿਹਦਾ ਆਇਲਜ਼ ਇੰਸਟੀਚਿਊਟ ਹੈ ਇੱਕ ਬੜੇ ਅੱਛੇ ਬੈਕਗ੍ਰਾਉਂਡ ਤੋਂ ਹੈ ਉਹ ਕਹਿੰਦਾ ਹੋਏ ਕਿ ਮੈਂ ਜਾ ਕੇ ਸੈਟਲ ਹੋਣਾ ਤੁਸੀਂ ਮੇਰੀ ਹੈਲਪ ਕਰੋ ਚਾਹੇ ਉਹ ਹਜ਼ਾਰਾਂ ਬੱਚਿਆਂ ਨੂੰ ਬੇਫਕੂ ਬਣਾ ਰਿਹਾ ਹਜ਼ਾਰਾਂ ਸਟੂਡੈਂਟਸ ਨੂੰ ਰੋਜ਼ ਬੇਫਕੂ ਬਣਾ ਰਿਹਾ ਹੋਵੇ ਦੀ ਅਨਸਰ ਇਜ਼ ਯੈਸ ਬਟ ਲੈਟ ਇਟ ਬੀ ਲੈਟ ਇਟ ਬੀ ਲੈਟ ਇਟ ਬੀ ਵੈਰੀ ਵੈਰੀ ਕਨਫਿਡੈਂਸ਼ੀਅਲ ਵੀ ਡੂ ਹੈਵ ਨਾਟ ਓਨਲੀ ਵਨ but bahut sare aisles institute aale ne because they have they are running a big business they understand this oh aap vi jana chahnde ne because unna kol khud vi iniyan successful stories ne ki assi bachche nu etho bheja padhake oh 2 saal de ke de vich hi kithe da kithe pahunch gaya why can't we expand it and aisles di utthe vi onni hi demand hai once you go from here ਤੁਸੀਂ 2 ਸਾਲ ਬਾਅਦ ਜਦੋਂ ਪੀਆਰ ਲੈਣੀ ਹੋਣ ਸਟੂਡੈਂਟ ਵੀਜ਼ਾ অর ਐਨੀ ਸਕਿਲ ਬੇਸਿਸ ਤੁਹਾਨੂੰ ਉੱਥੇ ਆਈਐਲਟੀ ਜ਼ਰੂਰਤ ਹੈ ਸੋ ਮੋਸਟ ਆਫ ਦਮ ਜਿੰਨੇ ਵੀ ਸਾਡੇ ਕਲਾਇੰਟਸ ਨੇ ਵੀ ਫਿਲਟ టు ਦਮ ਜਿਉंनो ਦੀ ਕ੍ਰੈਡੀਬਿਲਿਟੀ ਚੰਗੀ ਹੈ ਤਾਈਂ ਅਸੀਂ ਉਹਨਾਂ ਨੂੰ ਕਲਾਇੰਟ ਲੈਨੇ ਯੂ ਕੈਨ ਨਾਟ ਬਿਕਮ ਅਵਰ ਕਲਾਇੰਟ ਕੇਸ ਇ ਤੁਹਾਨੂੰ ਕਾਗਜ਼ ਦੇਤੇ ਇਟ ਥੇਅਰ ਇਜ਼ ਅ ਫਿਲਟਰ ਦਾ ਫਿਲਟਰ ਇਜ਼ ਅਵਰ ਰਿਪੋਰਟ ਜੀ ਯੂ ਹੈਵ ਟੂ ਹੈਵ ਥਿਸ ਜੇ ਤੁਹਾਡੇ ਕੋਲ ਨਹੀਂ ਹੈ ਤਾਂ ਅਸੀਂ ਤੁਹਾਡਾ ਕੇਸ ਅਗਾਂ ਨਹੀਂ ਫਾਰਵਰਡ ਕਰ ਸਕਦੇ ਜੀ ਸੋ ਵੀ ਡੂ ਹੈਵ ਅ ਲੋਟ ਆਫ ਥਿਸ ਕਲਾਇੰਟਸ ਐਂਡ they are going to expand into the same business in australia the australian pr business program hai the, the countries de have eb5 programs eb5 program is american based program in you upfront up, up to 7 crores you have to invest into a real estate project or into certain projects jithe ki jobs unna create by the time you there is no guarantee for your money ਕੀ ਤੁਹਾਨੂੰ ਪੈਸਾ ਵਾਪਸ ਮਿਲੇਗਾ ਜਾਂ ਨਹੀਂ ਮਿਲੇਗਾ देयर इज अ वेटिंग पीरियड ਕਿ ਤੁਸੀ 2 ਸਾਲ ਬਾਅਦ 2.5 ਸਾਲ ਬਾਅਦ ਵੈਨਵਰ द ਫਾਈਲ ওপens ਐਂਡ ਇਟਸ ਕੰਪਲਿਕਟਿਡ ਕਿ ਉਦੋਂ ਬਾਅਦ ਵੀ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਉੱਥੇ ਜਾ ਕੇ ਕੀ ਕਰਨਾ ਅੱਜ ਜੇ ਮੈਂ ਤੁਹਾਨੂੰ ਇੱਥੇ ਬੈਠ ਕੇ ਇੱਕ पीआर ਦਾ ਸਟੈਂਪ ਲੈ ਕੇ ਤੁਹਾਨੂੰ ਅਜ ऑस्ट्रेलिया ਦੀ ਅਮਰੀਕਾ ਦੇ ਗ੍ਰੀਨ ਕਾਰਡ ਮਿਲ ਜਾਏਗਾ what are you going to do tomorrow ਯੂ ਆਰ ਲੋਸਟ ਅਗੇਨ ਕਿ ਮੈਂ ਉੱਥੇ ਜਾ ਕੇ ਕੀ ਕਰਨਾ ਸਾਡੇ ਲਈ ਪ੍ਰੋਗਰਾਮ ਦੇ ਵਿੱਚ ਜਿਸ ਦਿਨ ਤੁਸੀਂ ਸ਼ੁਰੂ ਕਰਦੇ ਹੋ 3 ਮਹੀਨੇ ਬਾਅਦ ਤੁਸੀਂ ਉੱਥੇ ਉਹਨੇ ਬਿਜ਼ਨਸ ਵਿਜ਼ਟਾ ਵੀਜ਼ਾ ਵਿਦੇਸ਼ ਆਫਟਰ ਜਦੋਂ ਤੁਹਾਡੀ ਸਟੇਟ ਸelect ਹੋ ਕੇ ਤੁਸੀਂ ਹੈਗਾ ਨੋਮੀਨੇਸ਼ਨ ਫਾਈਲ ਕਰ ਦਿੰਦੇ ਹੋ ਤੁਸੀਂ ਵਾਪਸ ਆ ਜਾਂਦੇ ਹੋ ਸਾਡੇ ਕੋਲ ਟੂ ਹੈਵ ਅ ਸੈਕੰਡ ਟ੍ਰਿਪ ਜੋ ਡੇਟਸ ਆਲ ਦਾ ਪ੍ਰੋਗਰਾਮ ਜਿਸ ਸਵਾ ਸਾਲ ਦਾ ਟਾਈਮ ਵੀਜ਼ਾ ਪ੍ਰੋਸੈਸਿੰਗ ਦਾ ਐਟਲੀਸ ਸੌਰੀ ਐਟਲੀਸ 3 ਟੂ 4 ਟਾਈਮਸ ਤੁਸੀਂ ਸਾਡੇ ਕੋਲ ਆਨੇ ਟੂ ਸੀ ਥਿੰਗਸ ਟੂ ਅੰਡਰਸਟੈਂਡ ਬਿਜ਼ਨਸ ਨੋਰਮਸ to understand all the facilities which are possible jadon tak thoda visa anda pehla ta tusi koi paisa nahi laya hote sirf aan jaan nai by that time you are so sure ki main ehi business karna and we filter that business for you by that time you are sure ki mera bachcha es school ch pad rahe a school di principal da naam hai aon de colleagues jehde honge es tarah di ondi requirement hoegi ik saal thode kol aapde bachche nu vi prepare karan vaste hega ajj tusi ja ke aapde ਸਕੂਲ ਸelect ਕਰਦੇ ਇੱਕ ਸਾਲ ਬਾਅਦ ਉਹਨੇ ਇੱਥੇ ਪੜ੍ਹਨ ਜਾਣਾ ਸਾਰੀ ਰਿਕੁਆਇਰਮੈਂਟਸ ਤੁਹਾਨੂੰ ਪਹਿਲਾਂ ਹੀ ਪਤਾ so that everything is covered for them your family your wife your parents can go with you ਤੁਹਾਡੇ ਪੇਰੈਂਟਸ ਵੀ ਤੁਹਾਡੇ ਨਾਲ ਜਾ ਸਕਦੇ ਨੇ ਉਹਨੇ ਵਿਜ਼ਿਟਰ ਵੀਜ਼ਾ ਉਹ ਵੀ ਉੱਥੇ ਕਾਫੀ ਦੇਰ ਰਹਿ ਸਕਦੇ ਨੇ ਪਹਿਲਾਂ ਜਾ ਕੇ ਆ ਕੇ ਦੇਖ ਸਕਦੇ ਨੇ ਕਿ ਅਸੀਂ ਇਹ ਕਰ ਰਹੇ ਆ ਨੀ ਕਰ ਰਹੇ ਜੇ 2 3 ਸਾਲ ਬਾਅਦ ਤੁਸੀਂ ਚੂਜ਼ ਕਰਦੇ ਕਿ ਸਾਡਾ ਵੀਜ਼ਾ ਆ ਗਿਆ ਅਸੀਂ ਨਹੀਂ ਜਾਣਾ ਚਾਹੁੰਦੇ ਸਟਿਲ देयर इज नो ਪ੍ਰੋਬਲਮ देयर इज नो ਆਬਲੀਗੇਸ਼ਨ ਕਿ ਤੁਸੀਂ ਉੱਥੇ ਜਾ ਕੇ ਪੈਸੇ ਲਾਣੇ ਲਾਣੇ so ball is always in your court. you are the decision maker, not somebody else for you. within six months, a lot of clients will say, businessman, i'm happy to occupy that. this is the real estate. may occupy, i Mere bahut clients. they are all builders and developers. real estate is booming in australia because of the rental returns and chinese money. a lot of chinese money has come in australia. so they are already key. this is the project. ਉੱਥੇ ਜਾ ਕੇ ਵੀ ਮੈਂ ਐਸੀ ਤਰ੍ਹਾਂ ਦਾ ਹੀ ਪ੍ਰੋਜੈਕਟ ਕਰਨਾ ਬਿਕੋਜ਼ ਸਿਸਟਮਸ ਆਰ ਜਸਟ ਦ ਸੇਮ ਜਸ ਰੈਗੂਲੇਸ਼ਨਸ ਥੋੜੀ ਨਹੀਂ ਬਦਲ ਜਾਣੀ ਸੋ ਫॉर दैट ਰੀਜ਼ਨ ਦੇ ਆਰ ਵੈਰੀ ਕੰਫਰਟेबल ਟੂ ਇਨਵੈਸਟ ਹਰ ਬਿਜ਼ਨਸਮੈਨ ਨੇ ਚਾਹੁੰਦਾ ਹੈ ਕਿ ਉਹ ਆਪਣਾ ਬਿਜ਼ਨਸ ਐਕਸਪੈਂਡ ਕਰੇ ਚਾਹੇ ਇੱਥੇ ਪਰ ਜਦੋਂ ਉਹ ਆਸਟ੍ਰੇਲੀਆ ਮਾਈਗਰੇਟ ਹੋ ਜਾਂਦਾ ਹੈ ਉਹ ਬਿਜ਼ਨਸ ਮਤਲਬ ਉਹਦੇ ਬੱਚੇ ਜਾਂ ਆਉਣ ਵਾਲੀ ਦੂਸਰੀ ਜਾਂ ਤੀਸਰੀ ਪੀੜ੍ਹੀ ਹੈ ਕਿ ਉਹ ਬੱਚੇ ਵੀ ਉਸ ਬਿਜ਼ਨਸ ਦਾ ਲਾਹਾ ਲੈ ਸਕਦੇ ਨੇ ਆਈ ਥਿੰਕ I would not say 100 but 99% of jinni sade ko last time existing clients ne ohna da hi plan ki assi itthe bachyan nu bahut mushkil naal wadda kita phulang now they are going to grow the rest of their life in australia oh itthe aake jadon business karan ge their mindset might not work ki main aaj utthe kuch shuru karda ਉਹਦੇ ਨਾਲ ਮੈਨੂਪੀਅਰ ਮਿਲ ਰਹੀ ਹੈ ਬੱਚਿਆਂ ਨੂੰ ਪੀਅਰ ਮਿਲ ਰਹੀ ਹੈ ਤੇ ਉਹ ਆਉਣ ਵਾਲੀ ਮੇਰੀ ਪੀੜ੍ਹੀ ਜਾਂ ਉਦੋਂ ਵੀ ਅਗਲੀ ਪੀੜ੍ਹੀ ਕੰਟੀਨਿਊ ਕਰ ਸਕਦੇ ਵੱਡੀ ਗੱਲੇ ਬੱਚਿਆਂ ਨੂੰ ਤੱਕੇ ਨਹੀਂ ਖਾਣੇ ਪੈਂਦੇ ਜੌਬ ਲਈ啊 ਕਿਸੇ ਵੀ ਤਰ੍ਹਾਂ ਦੇ ਐਬਸੋਲੂਟਲੀ ਨਾ ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਣਾ ਹੋ 20 ਸਾਲ ਦਾ 20 ਘੰਟੇ ਦਾ ਸੌਰੀ ਬਾਹਰ ਲੱਗ ਜਾਂਦਾ ਕਿ ਤੁਸੀਂ ਜ਼ਿਆਦਾ ਕੰਮ ਨਹੀਂ ਕਰਦੇ ਵਾਂਸ ਯੂ ਗੋ অন ਅ ਪਰਮਨੈਂਟ ਵੀਜ਼ਾ ਯੂ ਡੋਨਟ ਹੈਵ ਐਨ ਆਬਲੀਗੇਸ਼ਨ ਤੁਸੀਂ ਉੱਥੇ ਜਾ ਕੇ ਇੱਕ ਸਬਜੈਕਟ ਲੈ ਸਕਦੇ ਹੋ ਚਾਰ ਲੈ ਸਕਦੇ ਹੋ ਮਲਟੀਪਲ ਟਾਈਮ ਕੰਮ ਕਰ ਸਕਦੇ ਹੋ ਜਦੋਂ ਕੈਰੀਅਰ ਦਾ ਟਾਈਮ ਆਉਂਦਾ ਇਦਰ ਯੂ ਕੈਨ ਜ ਤੁਸੀਂ ਜੇ ਜੌਬ ਲੈਣੇ ਸਭ ਤੋਂ ਪਹਿਲਾ ਕੁਸਚਨ ਹੀ ਤੁਹਾਨੂੰ ਪੁੱਛਿਆ ਹੁੰਦਾ ਆਈ ਯੂ ਰੈਜ਼ੀਡੈਂਟ অর ਨਾਟ ਸੋ ਯੂਰ ਓਪਰਚੁਨਿਟੀ ਟੂ ਬੀ ਅਹੈਡ ਇਨ ਯੂਰ ਕੈਰੀਅਰ ਇਜ਼ ਆਲਵੇਸ اور ਬੈਸਟ ਚੀਜ਼ ਇਹ ਹੈ ਕਿ ਜਦੋਂ ਸਟੂਡੈਂਟ ਵੀਜ਼ਾ ਦੇ ਬੱਚੇ ਬਾਹਰ ਜਾਂਦੇ ਨੇ ਤਾਂ ਇੱਥੇ ਚਾਹੇ ਪੰਡਾ ਚੁੱਕੇ ਨਾ ਰੱਖਿਆ ਹੋਏ ਬਾਹਰ ਪਹੁੰਚ ਲੈਣੇ ਵੀ ਮਨਜ਼ੂਰ ਹੁੰਦੇ ਆਈ ਡੋਨਟ ਅਗਰੀ ਆਈ ਡੋਨਟ ਅਗਰੀ ਇਟ ਡਿਪੈਂਡਸ ਔਨ ਦ ਪਰਸਨ ਜੇ ਤੁਹਾਨੂੰ ਉੱਥੋਂ ਦੇ ਬਾਰੇ ਪਹਿਲਾਂ ਤੋਂ ਕੁਝ ਪਤਾ ਹੀ ਨਹੀਂ ਹੈ ਤਾਂ ਫਿਰ ਤੁਹਾਡੀ ਮਜਬੂਰੀ ਬਣ ਜਾਂਦੀ ਹੈ कि मैं यही करना ही करना है या जे फोकस सिर्फ पैसे नाल ਹੁੰਦਾ ਕਿ پیسے ਚਾਹੀਦੇ ਨੇ ਜਿੱਦਾਂ ਮਰਜ਼ੀ ਕਰੇ ਫੋਕਸ ਨੋਲੇਜ ਨਾਲ ਹੁੰਦਾ ਜੇ ਉਹ ਹੀ ਬੱਚਾ ਅਲਗੇਨ ਟੇਕ ਇਟ ਔਨ ਮੀ 2007 ਫਰਸਟ ਰੈਜ਼ੂਮੇ ਥੈਟ ਆਈ ਹੈਂਡਿਡ ਵਾਸ ਔਨ ਅ ਕਾਰਵਾਸ਼ ਮੈਨੂੰ ਉੱਥੇ ਵੀ ਜੌਬ ਨਹੀਂ ਮਿਲੀ ਸੀ ਜੀ ਸੈਕੰਡ ਵਾਸ ਇਨ ਅ ਰੈਸਟੋਰੈਂਟ ਮੇਰੀ ਚੰਗੀ ਕਿਸਮਤ ਸੀ ਕਿ ਮੈਨੂੰ ਉੱਥੇ ਜੌਬ ਨਹੀਂ ਮਿਲੀ ਸੋ ਆਈ ਡਿਵੀਏਟਿਡ ਐਂਡ ਆਈ ਸਟਾਰਟਿਡ ਮਾਈ ਕੈਰੀਅਰ ਪਾਥ ਅਰਾਈਟ ਬਟ ਇਫ ਮਾਈ ਫਾਦਰ ਵਾਸ ਇਨ ਐਚਨਾਈ ਐਟ ਥੈਟ ਟਾਈਮ ਮੈਨੂੰ ਮੇਰੇ ਡੈਡ ਉਥੇ ਲੈ ਕੇ ਗਏ ਹੁੰਦੇ ਮੈਂ ਆਪਦੀ ਯੂਨੀਵਰਸਿਟੀ ਦੇਖੀ ਹੁੰਦੀ ਮਾਈ ਡੈਡ ਹੈਡ ਅ ਬਿਜ਼ਨਸ ਡੂ ਯੂ ਥਿੰਕ ਕਿ ਮੈਂ ਪਹਿਲਾ ਰੈਜ਼ਿਊਮੇ ਕਾਰਵਾਸ਼ ਤੇ ਦਿੰਦਾ ਜਾਂ ਰੈਸਟੋਰੈਂਟ ਚ ਵੇਟਰ ਦੀ ਜੌਬ ਅਸੇ ਦਿੰਦਾ ਬਿਲਕੁਲ ਨਹੀਂ ਮੇਰੀ ਜਰਨੀ ਬਹੁਤ ਅਲੱਗ ਹੁੰਦੀ ਜੀ ਆ ਲੋਟ ਆਫ ਪੀਪਲ ਸੇ ਦੈਟ ਆ ਵਿਲ ਬੀ ਅ ਬਿਲੀਅਨਰ ਇਨ ਮਾਈ ਲਾਈਫ ਆ ਥਿੰਕ ਆ ਹੁਡ ਆਲਰੇਡੀ ਬੀ ਅ ਬਿਲੀਅਨਰ ਬਾਈ ਨਾਊ ਮੇਰੀ ਜਰਨੀ ਅਲੱਗ ਹੁੰਦੀ ਮੈਨੂੰ ਪਾਥ ਹੀ ਅਲੱਗ ਮਿਲ ਜਾਂਦਾ ਉਸ ਚੀਜ਼ ਉਸ ਕਿ ਆ ਪ੍ਰੋਗਰਾਮ ਬਹੁਤ ਡਿਫਰੈਂਟ ਆ ਤੁਸੀਂ ਆਪਦੇ ਬੱਚੇ ਨੂੰ ਬਣਾ ਕੇ ਦੇ ਸਕਦੇ ਹੋ ਚੀਜ਼ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਜਾ ਕੇ ਉੱਥੇ ਪੋਚੇ ਹੀ ਮਾਨ ਕਰਨੇ ਉਹ ਕਲਚਰ ਉਸ ਤਰ੍ਹਾਂ ਦਾ ਉਸ ਕੰਟਰੀ ਦਾ ਕਲਚਰ ਉਸ ਤਰ੍ਹਾਂ ਦਾ ਯੂ ਡੂ ਨਾਟ ਗੈਟ ਆ ਪੋਚਾ ਐਜ਼ ਅ ਕੰਪਲੀਮੈਂਟਰੀ ਇਨ ਯਰ ਹੈਰੀਟੇਜ ਤੁਸੀਂ ਆਪਦਾ ਕੰਮ ਉੱਥੇ ਆਪ ਕਰਦੇ ਹੋ ਖਾਣਾ ਬਣਾਣਾ ਤੁਸੀਂ ਆਪਦੇ ਬਰਤਨ ਆਪ ਵਾਸ਼ ਕਰਦੇ ਹੋ ਡਿਸ਼ਵਾਸ਼ਰ ਵਾਸ਼ ਕਰ ਦਿੰਦਾ ਘਰੇ ਹੋਣਾ ਚਾਹੀਦਾ ਸੋ देयर इज नॉट ਮਚ ਡਿਫਰੈਂਸ ਕਿ ਜੋ ਇੱਥੇ ਹੈ ਉੱਥੇ ਨਹੀਂ ਹੋ ਸਕਦਾ ਉੱਥੇ ਇੱਥੋਂ ਵੀ ਜ਼ਿਆਦਾ ਹੋ ਸਕਦਾ ਹੈ ਅਗਰ ਤੁਹਾਨੂੰ ਸਹੀ ਰਾਹ ਬਿਲਕੁਲ ਪਾਇਆ ਜਾਏ ਕਿਉਂਕਿ ਬਾਹਰ ਜਾ ਕੇ ਅਕਸਰ ਬੱਚੇ ਦਿਸ਼ਾਹੀਨ ਹੁੰਦੇ ਨੇ ਲੈਟ them be students ਬੱਚੇ ਨੂੰ ਜੇ ਤੁਸੀਂ ਉਹਨਾਂ ਨੂੰ ਉਹਨਾਂ ਦੀ ਨਹੀਂ ਕਰਨ ਦੇਵੋਗੇ ਤਾਂ ਉਹ ਕਦੇ ਗਰੋ ਨਹੀਂ ਕਰਨਗੇ ਜੀ ਜੇ ਮੈਨੂੰ ਕਰੋ ਛੱਡ ਦਿੱਤਾ ਗਿਆ ਸੀ ਕਿ ਕਾਕਾ ਜਾ ਜੋ ਕਰਨਾ ਕਰ ਲੈ ਦੈਟਸ ਵਾਈ ਆਮ ਸਿਟਿੰਗ ਹੇਅਰ ਟੁਡੇ ਆਈ ਜਸਟ ਡਿਡਨਟ ਹੈਵ ਦ ਰਾਈਟ ਡਾਇਰੈਕਸ਼ਨ ਮੈਂ ਆਪਦੀ ਡਾਇਰੈਕਸ਼ਨ ਆਪ ਲੱਭੀ ਹੈ ਤੁਸੀਂ ਆਪਦੇ ਬੱਚੇ ਨੂੰ ਉਸੇ ਹੀ ਡਾਇਰੈਕਸ਼ਨ ਤੇ ਪਾ ਸਕਦੇ ਹੋ ਫਰਸਟ ਇਟਸ ਆਲਵੇਸ ਅਪ ਟੂ ਥੈਮ ਕਿ ਉਹ ਕੀ ਕਰਨਾ ਚਾਹੇ 21ਵੀਂ ਸਦੀ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਬਦਲਾਵ ਦੀਆਂ ਗੱਲਾਂ ਹੁੰਦੀਆਂ ਨੇ ਮਾਡਰਨ ਹੋਣ ਦੀਆਂ ਗੱਲਾਂ ਹੁੰਦੀਆਂ ਨੇ ਤੇ ਇੱਕ ਨਵਾਂ ਮਾਡਰਨ ਥਾਟ ਹੈ ਇੱਕ ਨਵਾਂ ਮਾਡਰਨ ਸਟੈਪ ਲੈ ਕੇ ਸਾਹਮਣੇ ਆਏ ਨੇ ਐਮਪੀ ਸਿੰਘ ਜੀ ਜੋ ਕਹਿੰਦੇ ਨੇ ਕਿ ਹੁਣ ਉਹ ਸਮਾਂ ਬੀਤ ਚੁੱਕਾ ਹੈ ਜਦੋਂ ਬੱਚਾ ਇੱਥੋਂ ਜਾਏਗਾ ਕਿੰਨੇ-ਕਿੰਨੇ ਸਾਲ ਉੱਥੇ ੱੱਕੇ ਖਾਏਗਾ ਪੜ੍ਹਾਈ ਕਰੇਗਾ ਫਿਰ ਉਸ ਤੋਂ ਬਾਅਦ ਕੋਈ ਅਜੇਹੀ ਨੌਕਰੀ ਕਰੇਗਾ ਜਿਸ ਨਾਲ ਥੋੜੇ-ਬੋਤੇ ਪੈਸੇ ਉਹ ਕਮੇ ਭੇਜੇਗਾ ਥੋੜੇ-ਬੋਤੇ ਸੇਵ ਕਰੇਗਾ ਉਸ ਤੋਂ ਬਾਅਦ ਕੁਝ ਸਾਲ ਲੱਗ ਜਾਣਗੇ ਪੀਆਰ ਮਿਲਣ ਤੇ ਉਸ ਤੋਂ ਬਾਅਦ ਹੋਰ ਵੀ ਕਈ ਸਾਲ ਲੱਗ कि एक बिजनेसमैन अपनी फैमिली समेत ਤੇ पीआर समेत ऑस्ट्रेलिया माइग्रेट ਹੋ ਸਕਦਾ ਹੈ ਜੋ ਗੱਲਾਂ ਇਹਨਾਂ ਨੇ ਡਿਸਕਸ ਕੀਤੀਆਂ ਨੇ ਹੋ ਸਕਦਾ ਹੈ ਲੋਕਾਂ ਨੂੰ ਡਾਊਟ ਹੋਵੇ ਉਸ ਤੇ ਤਾਂ ਡਾਊਟਸ ਕਲੀਅਰ ਕਰਨ ਲਈ ਤੁਸੀਂ ਜੇਕਰ ਕਮੈਂਟਸ ਰਾਹੀਂ ਜੁੜਨਾ ਚਾਹੁੰਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਹਰ ਵਿਅਕਤੀ ਨੂੰ ਜਵਾਬ ਦੇਈਏ ਤੇ ਜੇਕਰ ਤੁਸੀਂ ਸਰਚ ਕਰਨਾ ਚਾਹੁੰਦੇ ਹੋ ਇੱਕ ਵਾਰ ਫਿਰ ਤੋਂ ਐਡਰੈਸ ਜਿਹੜਾ ਇਹਨਾਂ ਤੋਂ ਗੁਲਵਾ ਦਿੰਦੇ ਆ pcba.com.au ਫੀਨਿਕਸ ਬਿਜ਼ਨਸ ਐਡਵਾਈਜ਼ਰੀ ਅਵੇਲੇਬਲ ਔਨ 올 ਪਲੈਟਫਾਰਮਸ ਫੀਨਿਕਸ ਬਿਜ਼ਨਸ ਐਡਵਾਈਜ਼ਰੀ ਆਸਟ੍ਰੇਲੀਆ ਜੀ ਤਾਂ ਤੁਸੀਂ ਚੈੱਕ ਜ਼ਰੂਰ ਕਰ ਸਕਦੇ ਹੋ ਤੇ ਤਸੱਲੀ ਹੋਣੀ ਜਿਸ ਤਰ੍ਹਾਂ ਇਹਨਾਂ ਨੇ ਗੱਲਬਾਤ ਕੀਤੀ ਹੈ ਸਾਨੂੰ ਤਾਂ ਸ਼ਾਇਦ ਤਸੱਲੀ ਪੂਰੀ ਹੋਈ ਗਈ ਹੈ ਤੁਸੀਂ ਜੇਕਰ ਤਸੱਲੀ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਰਚ ਕਰੋ ਤੇ ਜਿਨ੍ਹਾਂ ਦਾ ਪਲਾਨ ਹੈ ਜੋ ਮੂਵ ਕਰਨਾ ਚਾਹੁੰਦੇ ਨੇ ਮਾਈਗ੍ਰੇਟ ਕਰਨਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਮਿਲ ਸਕਦੇ ਨੇ ਤੁਸੀਂ ਜੇਕਰ ਆਪਣਾ ਫੋਨ ਨੰਬਰ ਦੇਣਾ ਚਾਹੁੰਦੇ ਹੋ ਤਾਂ ਦੇ ਸਕਦੇ ਹੋ I cannot share my confidential phone number because pehla yo baja raha hai it starts to ring but our website is our best means all details all testimonials all photos every single thing is available on no pcba.com.au is the one to be ਤਾਂ ਇੱਕ ਖੁਸ਼ਖਬਰੀ ਜਿਹੜੀ ਲੋਕਾਲੀ ਇਹ ਲੈ ਕੇ ਆਏ ਨੇ ਖਾਸ ਤੌਰ ਤੇ ਪੰਜਾਬੀਆਂ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਇੱਕ ਆਫਿਸ ਲੈ ਕੇ ਬਹੁਤ ਜਲਦੀ ਹਾਜ਼ਰ ਹੋਣ ਵਾਲੇ ਨੇ ਤੁਹਾਡੇ ਵਿਚਕਾਰ ਤੁਸੀਂ ਮਿਲ ਵੀ ਸਕਦੇ ਹੋ ਜੇਕਰ ਤੁਹਾਡਾ ਅਜਿਹਾ ਪਲਾਨ ਹੈ ਮਾਈਗ੍ਰੇਟ ਹੋਣ ਦਾ ਆਸਟ੍ਰੇਲੀਆ ਦੇ ਵਿੱਚ ਜਲਦੀ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਧੰਨਵਾਦ